ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਇਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਹੋਂਦ ਦੱਸਦਾ। ਜਿਹੜਾ ਆਪਣੀ ਹੋਂਦ ਦੱਸੇ ਉਹ ਹਿੰਦੂ ਹੁੰਦਾ। ਜਿੰਨਾ ਚਿਰ ਤੁਸੀਂ ਆਪਣੀ ਬ੍ਰਹਮ ਕੇ ਬੇਟੇ ਨਹੀਂ ਬਣਦੇ, ਉਹਨਾਂ ਚਿਰ ਸਿੱਖ ਨਹੀਂ ਬਣ ਸਕਦੇ। ਸ਼ਬਦ ਦੀ ਪਛਾਣ ਨਹੀਂ ਹੁੰਦੀ, ਅਤੇ ਇਸ ਕਰਕੇ ਜਿਹੜਾ ਹਿੰਦੂ ਹੈਗਾ, ਜਾਣੀ ਕਿ ਆਪਣੇ ਕੱਚੇ ਪਿਓ ਦਾ ਬਣਨਾ, ਜਾਤੀ ਦੇ ਪਿਓ ਦਾ ਬਣਨਾ, ਇਹਨੂੰ ਇਹ ਪਹਿਲਾ ਸਮਾਜ ਹੈਗਾ, ਪਹਿਲਾ ਪੰਥ ਹੈਗਾ। ਦੂਜਾ ਪੰਥ ਹੈਗਾ ਸਿੱਖ ਅਕਾਲ ਪੁਰਖ ਬਾਰੇ ਸਿੱਖਣਾ। ਤੀਸਰਾ ਪੰਥ ਹੈਗਾ ਉਹਦਾ ਕੰਮ ਕਰਨਾ ਅਕਾਲ ਪੁਰਖ ਦਾ, ਜਿਹੜੇ ਮੂੰਹ ਨਾਲ ਨਹੀਂ ਸਮਝਦੇ ਉਹਨਾਂ ਨੂੰ ਡੰਡੇ ਨਾਲ ਸਮਝਾਉਣਾ, ਹੋਵੇਗਾ ਖਾਲਸਾ ਪੰਥ। ਅਤੇ ਚੌਥਾ ਹੈਗਾ, ਜਦੋਂ ਖਾਲਸੇ ਸਜਾਏ ਸੀ ਨਾ, ਤਾਂ ਉਹਦੇ ਤੋਂ ਬਾਅਦ ਕੁਛ ਸਿੰਘ ਕਹਿੰਦੇ ਸੀ ਵੀ ਅਸੀਂ ਤਾਂ ਪ੍ਰਚਾਰ ਕਰਨਾ ਹੈਗਾ, ਅਤੇ ਉਹਨਾਂ ਨੇ ਫਿਰ ਘੱਲਿਆ ਸੀ ਕਾਸ਼ੀ। ਅਤੇ ਉੱਥੋਂ ਜਿਹੜੇ ਪੜ੍ਹ ਕੇ ਆਏ ਸੀ ਨਾ ਨਿਰਮਲੇ ਸੰਤ, ਉਹਨਾਂ ਦਾ ਪੰਥ ਹੈਗਾ, ਚੌਥਾ ਪੰਥ ਹੈਗਾ ਨਿਰਮਲੇ ਸੰਤਾਂ ਦਾ। ਉਹਨਾਂ ਲਈ ਤਖ਼ਤ ਹੈਗਾ ਅਕਾਲ ਤਖ਼ਤ। ਇਹ ਜਿਹੜਾ ਖਾਲਸਾ ਹੁੰਦਾ ਅਤੇ ਨਾ ਨਿਰਮਲੇ ਸੰਤ, ਦੋਨੋਂ ਗ੍ਰਿਸ਼ਤੀ ਨਹੀਂ ਹੁੰਦੇ। ਜਿਹੜਾ ਕਲਾਉਂਦਾ ਆਪਣੇ ਆਪ ਨੂੰ ਨਿਰਮਲਾ ਸੰਤ ਅਤੇ ਹੈਗਾ ਗ੍ਰਿਸ਼ਤੀ, ਉਹ ਕਸੰਤ ਹੈਗਾ, ਉਹਦੇ ਤੋਂ ਬਚ ਕੇ ਰਹੋ। ਅਤੇ ਨਾ ਹੀ ਨਿਰਮਲੇ ਸੰਤ ਪੈਸੇ ਨੂੰ ਹੱਥ ਲਾਉਂਦੇ ਨੇ, ਉਹ ਨਹੀਂ ਪੈਸੇ 'ਚ ਵਪਾਰ ਕਰਦੇ। ਉਹ ਖਾਣਾ ਖਾਂਦੇ ਨੇ, ਸੇਵਾ ਕਰੋ ਅਤੇ ਫਲ ਪਾਓ, ਨਹੀਂ ਤਾਂ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿ ਕਿਸੇ ਦੀ ਮਜ਼ਦੂਰੀ ਕਰਨ। ਅਤੇ ਇੱਥੇ ਮੈਂ ਕਰ ਰਿਹਾ ਹੈਗਾ ਸਤਿਗੁਰ ਰਾਮਦਾਸ ਜੀ ਦੇ ਸਲੋਕ, ਚੌਥਾ ਹੈਗਾ ਅਤੇ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਅਤੇ ਹੁਣ ਘਰ ਹੈਗਾ ਦੂਜਾ। ਅਤੇ ਪੰਨਾ ਹੈਗਾ 690, ਅਤੇ ਇਹ ਜਿਹੜਾ ਹੁਣ ਦੂਜਾ ਹੈਗਾ ਨਾ, ਉਹ ਇਹ ਹੈਗਾ ਮਨ ਨੂੰ ਸੰਬੋਧਨ ਕੀਤਾ। ਪਹਿਲਾਂ ਅਸੀਂ ਕੀ ਕੀਤਾ ਸੀ, ਤਨ ਨੂੰ ਜਾਂ ਜਨਰਲ, ਅਤੇ ਹੁਣ ਹੈਗਾ ਮਨ ਨੂੰ। ਅਤੇ ਪਹਿਲਾਂ ਜਨਰਲ ਸੀਗਾ, ਫਿਰ ਹੁਣ ਹੈਗਾ ਇਸ ਮਨ ਨੂੰ ਜਿਹੜਾ ਕਿ ਦੁਬਧਾ 'ਚ ਫਸਿਆ ਆ, ਇਹਨੂੰ ਸੁਰਤੀ ਆ ਗਈ ਹੈਗੀ ਹੁਣ। ਅਤੇ ਇਹਦੇ ਕੋਲ ਇਹਦੇ ਵਿੱਚੋਂ ਸਤਿਗੁਰੂ ਦਾ ਵਾਸਾ ਹੋ ਗਿਆ ਹੈਗਾ। ਅਤੇ ਇਹਨਾਂ ਦੇ ਇਹਨੂੰ ਹੁਣ ਸੰਬੋਧਨ ਕੀਤਾ ਹੈਗਾ, ਅਤੇ ਤੀਜੇ ਫਿਰ ਇਹਦੇ ਕਰਨਗੇ, ਫਿਰ ਇਹਦੇ 'ਚ ਕਰਨਗੇ, ਇੱਦਾਂ ਸਾਰਾ ਚੱਲਦਾ ਹੈਗਾ। ਅੰਦਰ ਸੱਚਾ ਨੇ, ਅੰਦਰ ਸੱਚਾ ਨੇ ਹੈਗਾ ਵੀ ਜਿਹੜਾ ਆਦਮੀ ਇਸ ਬਿਰਤੀ ਦਾ ਹੈਗਾ ਨਾ ਸਨਮੁਖ, ਇਹਨੂੰ ਸਨਮੁਖ ਕਹੀਦਾ ਹੈਗਾ। ਇਹ ਸਨਮੁਖ ਨੂੰ ਪਤਾ ਹੈਗਾ ਅਕਾਲ ਪੁਰਖ ਦਾ ਵੀ ਇੱਕ ਪਿਤਾ ਬਾਰੇ ਕੁਛ ਕੇ, ਇਹਨਾਂ ਨੂੰ ਨਹੀਂ ਪਤਾ। ਇਹ ਹੋਮੇ 'ਚ ਹੁੰਦੇ ਨੇ, ਇਹਨਾਂ ਦੀ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰ ਕੇ ਤਾਂ ਇਹਨਾਂ ਨੂੰ ਸਨਮੁਖ ਬਣਾਇਆ ਸੀ, ਅਤੇ ਅਮਰਦੇਵ ਜੀ ਦੇ ਹੱਥ ਪੜਾਏ ਸੀ। ਅਤੇ ਇਹਨਾਂ ਨੂੰ ਹੁਣ ਪਤਾ ਵੀ ਇੱਕੋ ਸੱਚਾ ਪਿਓ ਹੈਗਾ ਸਾਡਾ, ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਤਾਂ ਇੱਕ ਪਿਓ ਦੇ ਪੁੱਤਰ ਹੁੰਦੇ ਨੇ। ਅੰਦਰ ਸੱਚਾ ਨੇ, ਉਹਦੇ ਨਾਲ ਫਿਰ ਅਕਾਲ ਪੁਰਖ ਨਾਲ ਉਹਨਾਂ ਦਾ ਨੇ ਹੁੰਦਾ, ਪਿਆਰ ਹੁੰਦਾ ਹੈਗਾ, ਦੂਏ ਕਿਸੇ ਨਾਲ ਨਹੀਂ, ਮਾਇਆ ਨਾਲ ਨਹੀਂ। ਪੂਰੇ ਸਤਿਗੁਰੇ ਜੀਓ, ਉਹ ਜਿਹੜਾ ਨੇ ਅੰਦਰ ਪੈਦਾ ਕਰਦਾ, ਉਹ ਪੂਰੇ ਸਤਿਗੁਰੂ ਨਾਲ ਹੁੰਦਾ ਹੈਗਾ। ਸਤਿਗੁਰ ਜਿਹੜਾ ਹੈਗਾ ਦੋ ਹਰਫ ਹੈਗੇ ਨੇ, ਸੱਤ ਅਤੇ ਗੁਰ। ਗੁਰ ਹੁੰਦਾ ਢੰਗ, ਜਿੱਦਾਂ ਕਹਿੰਦਾ ਸਵਾਲ ਕਰਨਾ, ਇਹਦਾ ਢੰਗ ਕੀ ਹੈਗਾ। ਜੇ ਫਾਰਮੂਲਾ ਪਤਾ ਲੱਗ ਜਾਵੇ ਤਾਂ ਸਵਾਲ ਨਿਕਲ ਆਉਂਦਾ ਹੈਗਾ, ਜੇ ਨਾ ਪਤਾ ਲੱਗੇ ਫਿਰ ਟੱਕਰਾ ਮਾਰਦੇ ਰਹੋ। ਇਸ ਕਰਕੇ ਗੁਰ ਹੈਗਾ ਉਹ ਹੈਗਾ ਲੋਜੀਕਲ ਰੀਜਨਿੰਗ, ਅਤੇ ਜਦੋਂ ਤੁਸੀਂ ਲੋਜੀਕਲ ਰੀਜਨਿੰਗ ਕਰੋਗੇ ਤਾਂ ਜਿਹੜੀ ਐਂਡ ਪ੍ਰੋਡਕਟ ਹੁੰਦੀ, ਪ੍ਰਸਾਦ ਹੁੰਦਾ, ਉਹ ਹੁੰਦਾ ਹੈਗਾ ਲੋਗੋ। ਲੋਗੋ ਹੈਗਾ ਹਿਜ ਵਰਡ, ਉਹ ਹਿਜ ਵਰਡ ਤੁਹਾਡੇ ਦਿਲ 'ਤੇ ਆ ਕੇ ਟਿੱਕ ਜਾਂਦਾ ਹੈਗਾ।
ਕਿ ਤੁਸੀਂ ਆਪ ਲੋਕ ਕੀਤੀ ਲੋਜੀ ਗਰੀਬ ਨੇ ਕਿਸੇ ਨੇ ਨਹੀਂ ਕਰਕੇ ਦਿੱਤੀ ਇਸ ਕਰਕੇ ਗਿਆਨੀ ਉਹ ਜੋ ਆਪ ਵਿਚਾਰੇ ਬਾਕੀ ਦੇ ਜਿੰਨਾ ਚਿਰ ਆਪ ਨਹੀਂ ਵਿਚਾਰਦੇ ਉਹਨਾਂ ਚਿਰ ਤੁਹਾਡੇ ਬਾਣੀ ਨਹੀਂ ਪੱਲੇ ਪੈਂਦੀ ਗੁਰਦੁਆਰੇ ਚਲੇ ਜਾਂਦੇ ਹਾਂ ਉੱਥੇ ਉਹ ਮਨਮੁੱਖ ਗ੍ਰੰਥੀ ਪਾਠ ਕਰਦਾ ਹੈਗਾ ਮਨਮੁੱਖ ਹੁੰਦਾ ਕੁੜੀ ਕੁੜੀ ਗ੍ਰੰਥੀ ਪਾਠ ਕਰਦਾ ਹੈਗਾ ਅੰਨੇ ਸੁਣਦੇ ਨੇ ਮੂਹਰੇ ਬੈਠੇ ਇਸ ਕਰਕੇ ਜਿਹਨਾਂ ਜਿਹੜੇ ਅੰਨੇ ਨਹੀਂ ਹੈਗੇ ਉਹ ਗੁਰਦੁਆਰੇ ਨਹੀਂ ਜਾਂਦੇ ਇਹ ਤਾਂ ਸੋਸ਼ਲ ਬਣ ਗਿਆ ਹੈਗਾ ਗੁਰਦੁਆਰੇ ਦਾ ਮਤਲਬ ਹੈ ਗੁਰ ਹੁੰਦਾ ਢੰਗ ਦੁਆਰਾ ਜਿੱਥੇ ਢੰਗ ਨਾਲ ਬੋਲਿਆ ਜਾਏ ਉੱਥੇ ਢੰਗ ਨਾਲ ਤਾਂ ਕੋਈ ਬੋਲਦਾ ਨਹੀਂ ਹੈਗਾ ਸਿੱਖ ਕੌਮ ਦਾ ਪ੍ਰਚਾਰ ਕਰ ਜਾਂਦੇ ਨੇ ਮੇਰੀ ਕੌਮ ਜੱਟ ਹੈਗੀ ਜੇ ਮੈਂ ਆਪਣੀ ਕੌਮ ਸਿੱਖ ਬਣਾਉਣਾ ਦੋ ਕੌਮਾਂ ਹੋ ਗਈਆਂ ਦੋ ਤਾਂ ਹੋ ਨਹੀਂ ਸਕਦੀਆਂ ਕੌਮਾਂ ਅਤੇ ਫਿਰ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਮੈਂ ਉਹ ਹਰਾਮੀ ਬਣਦਾ ਜਿਹੜਾ ਕਿ ਕੰਜਰੀ ਦੇ ਪੇਟ 'ਚ ਪੈਦਾ ਹੁੰਦਾ ਨਾ ਹਰਾਮੀ ਉਹਦੇ ਨਾਲ ਵੀ ਵੱਧਤਰ ਉਹਨੂੰ ਕਹੀਦਾ ਸੁਪਰ ਬਾਸਟਡ ਫਨੈਟਿਕ ਡੈਵਲ ਜਾਂ ਸ਼ੰਕਰ ਵਰਨੀਆ ਇਹ ਦਮਦਮੀ ਟਕਸਾਲ ਤੋਂ ਨਿਕਲਦੇ ਨੇ ਸ਼ੰਕਰ ਵਰਨੀਆ ਉੱਥੇ ਇਹਨਾਂ ਨੂੰ ਸਿੱਖ ਕੌਮ ਦਾ ਪ੍ਰਚਾਰ ਕੀਤਾ ਜਾਂਦਾ ਹੈਗਾ ਸਿੱਖ ਪੰਥ ਹੈਗਾ ਵੇ ਆਫ ਲਾਈਫ ਨਾਦੀ ਰੂਪ ਬਿੰਦੀ ਰੂਪ ਨਹੀਂ ਹੈਗਾ 1984 'ਚ ਇੱਕ ਵੀ ਨਹੀਂ ਸਿੱਖ ਮਰਿਆ ਜੋ ਜਾਤਾਂ ਦੇ ਲੋਕ ਜੰਮੇ ਜਾਤਾਂ ਦੇ ਲੋਕ ਮਰੇ ਕੋਈ ਜੱਟ ਜੰਮਿਆ ਕੋਈ ਲੁਹਾਰ ਤਰਖਾਨ ਚੂੜਾ ਸ਼ਮਾਰ ਇਹ ਮਰੇ ਸੀਗੇ ਪਗੜੀ ਨਾਲ ਨਹੀਂ ਸਿੱਖ ਬਣਦਾ ਪਗੜੀ ਤਾਂ ਕਲਚਰ ਹੈਗੀ ਅਤੇ ਹੈਗਾ ਅੰਦਰ ਸੱਚਾ ਨੇ ਪੂਰੇ ਸਤਿਗੁਰੂ ਹੈ ਜੀਓ ਪੂਰਾ ਜਿਹੜਾ ਅੰਦਰ ਜਿਹੜਾ ਨੇ ਕੀਤਾ ਪੈਦਾ ਉਹ ਕਿਹਨੇ ਕੀਤਾ ਹੈਗਾ ਪੂਰੇ ਸਤਿਗੁਰੂ ਨੇ ਕੀਤਾ ਹੈਗਾ ਜੇ ਅੰਦਰ ਤੁਹਾਡੇ ਸੱਤ ਦਾ ਗੁਰ ਤੁਹਾਨੂੰ ਪਤਾ ਹੈਗਾ ਅਤੇ ਉਹਦੇ ਮੁਤਾਬਿਕ ਚੱਲਦੇ ਆ ਹੋ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਹੋ ਤਿਸ ਸੇਵੀ ਮੈਂ ਉਸ ਸਤਿਗੁਰੂ ਸਤ ਅੰਤਰ ਸਤਿਗੁਰੂ ਰਾਧੀਏ ਜੀਵਾ ਜੱਪੇ ਨਾਮ ਇਹ ਹਰਿਮੰਦਰ ਹੈ ਨਾ ਹਰਿਮੰਦਰ ਦਾ ਜਿਹੜਾ ਪੁਜਾਰੀ ਹੈਗਾ ਉਹਨੂੰ ਸਤਿਗੁਰੂ ਕਹੀਦਾ ਜਿਹੜਾ ਮੰਦਰ ਦਾ ਪੁਜਾਰੀ ਹੁੰਦਾ ਉਹਨੂੰ ਗੁਰੂ ਕਹੀਦਾ ਹੈਗਾ ਬ੍ਰਾਹਮਣ ਗੁਰੂ ਅਤੇ ਆਪਾਂ ਹੈਗੇ ਆ ਸਤਿਗੁਰੂ ਰੋਇਲ ਪ੍ਰੀਸਟ ਇਹਨਾਂ ਨੂੰ ਕਹਿੰਦੇ ਕ੍ਰਿਸਚੈਨਿਟੀ 'ਚ ਅਤੇ ਉਹ ਜਿਹੜਾ ਅੰਤਰ ਸਤਿਗੁਰੂ ਰਾਧੀਏ ਜੀਵਾ ਜੱਪੇ ਨਾਮ ਇਸ ਸਤਿਗੁਰੂ ਨੂੰ ਤੁਸੀਂ ਦਿਨ ਰਾਤ ਇਹਨੂੰ ਇਹਦੇ ਸੇਵਾ ਕਰਨੀ ਹੈਗੀ ਇਹਦੇ ਮੁਤਾਬਿਕ ਚੱਲਣਾ ਹੈਗਾ ਕਿਸੇ ਦੇ ਨਹੀਂ ਚੱਲਣਾ ਕੋਈ ਕਹੇ ਇੱਧਰੋਂ ਚੱਲ ਨਹੀਂ ਤੁਸੀਂ ਨਿਆਰੇ ਹੋਣਾ ਹੈਗਾ ਅਤੇ ਤੁਸੀਂ ਹਰ ਇੱਕ ਨੇ ਆਪਣਾ ਹਿਸਾਬ ਕਿਤਾਬ ਖੁਦ ਦੇਣਾ ਅਕਾਲ ਪੁਰਖ ਨੂੰ ਆਹ ਜਿਹੜੇ ਰਾਧਾ ਸਵਾਮੀ ਵਗੈਰਾ ਹੈਗਾ ਡੇਰੇ ਵਾਲਾ ਹੈਗਾ ਮਗਰ ਲਾਏ ਨਾ ਇਹ ਹੈਗੇ ਕੰਜਰ ਅਤੇ ਪਿੱਛੇ ਲੱਗੀਆਂ ਕਮਜਾਤਾਂ ਜਿੱਥੇ ਕੰਜਰ ਜਾਣਗੇ ਉੱਥੇ ਪਿੱਛੇ ਕਮਜਾਤਾਂ ਮਰਨਗੀਆਂ ਜਿੱਦਾਂ ਭਿੰਡਰਾਂ ਵਾਲੇ ਨੇ ਮਾਰੀਆਂ ਅਤੇ ਇਸ ਕਰਕੇ ਆਪਣੇ ਸੁਰਤੀ ਨਾਲ ਚੱਲੋ ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਮੈਂ ਕਦੇ ਨਾ ਉਹਨੂੰ ਵਿਸਾਰਾ ਆਪਣੇ ਸਤਿਗੁਰੂ ਨੂੰ ਅੰਦਰ ਜਿਹੜਾ ਹੈਗਾ ਵੀਰੇ ਕਦੇ ਨਾ ਵਿਸਾਰੀ ਆਮ ਦਿਨ ਸਹਿ ਸਮੇਂ ਸੰਹਾਰੀ ਜਾਂ ਨਾਮ ਲਈ ਤਾਂ ਜੀਵਾਂ ਕਦੇ ਨਾ ਵਿਸਾਰੀ ਉਹਨੂੰ ਮੈਂ ਕਦੇ ਨਹੀਂ ਵਿਸਾਰਦਾ ਆਮ ਦਿਨ ਸਮੇਂ ਹਾਰੀ ਮੈਂ ਨਾ ਮੇਰਾ ਸਾਥੀ ਹੈਗਾ ਯਾਨੀ ਕਿ ਮੈਨੂੰ ਸਪੋਰਟ ਦੇਣ ਨਾਲ ਮੈਨੂੰ ਕਹਿੰਦੇ ਨਾ ਉਹਦੀ ਸ਼ਹਿਰ ਨਾਲ ਆਦਮੀ ਕਰਦਾ ਹੈਗਾ ਨਾ ਇਹ ਜਿਹੜਾ ਅੰਦਰ ਹੈਗਾ ਮੇਰਾ ਸਤਿਗੁਰੂ ਉਹਦੀ ਸ਼ਹਿਰ ਨਾਲ ਮੈਂ ਨਾਮ ਜਪਦਾ ਹੈਗਾ ਜਾਂ ਨਾਮ ਲਈ ਤਾਂ ਜੀਵਾਂ ਉਹਦਾ ਨਾਂ ਉਹਦੇ ਸਤਿਗੁਰੂ ਦੇ ਰਾਹੀਂ ਮੈਂ ਨਾਮ ਲੈਂਦਾ ਹੈਗਾ ਅਤੇ ਤਦ ਮੈਂ ਜੀਨਾ ਕਿਉਂ ਸਤਿਗੁਰੂ ਜਿਹੜਾ ਅੰਦਰ ਹੈਗਾ ਉਹ ਹੈਗਾ ਲੋਗੋ ਉਹਨੇ ਉਹ ਲੋਜੀਕਲੀ ਥਿੰਕ ਕਰਦਾ ਹੈਗਾ ਲੋਜੀਕਲੀ ਥਿੰਕ ਕਰਨ ਨਾਲ ਉਹਦੇ ਨਾਲ ਤੁਹਾਡਾ ਐਂਡ ਪ੍ਰੋਡਕਟ ਹੁੰਦਾ ਲੋਗੋ ਸਤਿਗੁਰ ਪ੍ਰਸਾਦ ਨਾਮ ਹੈਗਾ ਉਹਦਾ ਲੋਗੋ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ ਸਰਵਣੀ ਆ ਕੰਨ ਜੀਦੇ ਜੇ ਪਹਿਲਾ ਸਤਿਗੁਰੂ ਸੀ ਦੁਨੀਆਂ 'ਚ ਆਇਆ ਨਾਨਕ ਦੂਜਾ ਹੈਗਾ ਜਦੋਂ ਇਹ ਸਾਰਿਆਂ ਤੋਂ ਵੱਡਾ ਹੈਗਾ ਸਰਵਣੀ ਹੈਗਾ ਈਅਰ ਉਹਦੇ 'ਚ ਬਾਈਬਲ 'ਚ ਆਉਂਦਾ ਦੋਜ ਹੈਵ ਈਅਰਸ ਲੈਟ ਦਮ ਹੀਅਰ ਆਹ ਮੂੰਹ ਹੈਗਾ ਖਾਈਦਾ ਹੈਗਾ ਅਤੇ ਉਹ ਪਿਛਲੇ ਪਾਸੇ ਟੱਟੀ ਨਿਕਲਦੀ ਉਹ ਤੁਹਾਨੂੰ
ਹੱਥ ਲਾਉਣ ਨੂੰ ਨਹੀਂ ਜੀ ਕਰਦਾ, ਯਾਨੀ ਕਿ ਬਦਬੂ ਮਾਰਦੀ ਹੈਗੀ। ਜਿਹੜਾ ਸਪਿਰਚੁਅਲ ਖਾਣਾ ਹੈਗਾ, ਸਪਿਰਚੁਅਲ ਖਾਣਾ ਹੈਗਾ ਐਸ ਮੂੰਹ ਨਾਲ ਸਰਵਣੀ ਨਾਲ, ਇਹਦੇ ਨਾਲ ਖਾ ਕੇ ਆਪਣੇ ਦਿਲ 'ਤੇ ਲੈ ਕੇ ਜਾਓ, ਉੱਥੇ ਇਹਨੂੰ ਚਿੱਥੋ ਲੋਜੀਕਲ ਰੀਜਨਿੰਗ ਦੇ ਟੀਥ ਨਾਲ। ਦੰਦ ਜਿਹੜੇ ਹੋਣੇ ਚਾਹੀਦੇ ਉਹ ਲੋਜੀਕਲ ਰੀਜਨਿੰਗ ਦੇ, ਉਹਦੇ ਨਾਲ ਉਹਨੂੰ ਪੀਸੋ, ਵਿਚਾਰੋ ਉਹਦੇ 'ਤੇ, ਫਿਰ ਤੁਸੀਂ ਮੂੰਹ 'ਚ ਕੱਢੋ ਇਨ ਆਨਰ ਆਫ ਨਾਨਕ ਆਰ ਜੀਜ਼ਸ, ਦੋਨੋਂ ਸਤਿਗੁਰੂ ਹੈਗੇ ਨਾ, ਅਤੇ ਉਹਨਾਂ ਦੇ ਆਨਰ ਕਰਨਾ। ਤੂੰ ਵਰਸ਼ਿਪ ਗੋਡ, ਗੋਡ ਇਸੀ ਵਰਸ਼ਿਪ ਗੋਡ ਕਰਨਾ, ਨਾਨਕ ਨੂੰ ਨਹੀਂ ਵਰਸ਼ਿਪ ਕਰਨਾ, ਉਹਦੀ ਆਨਰ ਕਰਨੀ। ਆਨਰ ਮੈਂ ਨਾ ਉਹਦੀ ਬਹੁਤ ਇੱਜ਼ਤ ਮਾਣ ਕਰਨਾ ਹੈਗਾ, ਸਿਰ 'ਤੇ ਚੱਕਣਾ ਹੈਗਾ। ਇਸੇ ਕਰਕੇ ਸੀਸ ਆਪਾਂ ਪੈਰਾਂ 'ਤੇ ਨਿਭਾਈਦਾ ਹੈਗਾ ਸਤਿਗੁਰੂ ਦੇ। ਅਤੇ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ, ਇਹ ਮਨ ਜਿਹੜਾ ਤ੍ਰਿਪਤ ਤਦੀ ਹੈਗਾ ਜੇ ਤੁਸੀਂ ਕੰਨਾਂ ਨਾਲ ਸੁਣੋਗੇ ਅਤੇ ਉਹਦੇ 'ਤੇ ਵਿਚਾਰ ਕਰੋਗੇ, ਵਿਚਾਰ ਕਰਕੇ ਅਤੇ ਆਪਣੇ ਹਿਰਦੇ 'ਚ ਜਮਾਓਗੇ, ਉਸ ਬਾਣੀ ਦੀ ਸਮਝ ਪਾਓਗੇ। ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾ, ਗੁਰਮੁਖ ਇਹ ਦੋ ਅਰਫ ਹੈਗੇ, ਗੁਰ ਢੰਗ, ਮੁਖ ਮੂੰਹ, ਉਹ ਆਦਮੀ ਜਿਹੜਾ ਢੰਗ ਨਾਲ ਬੋਲਦਾ ਹੈਗਾ, ਆਲ ਪਤਾਲ ਨਹੀਂ ਬੋਲਦਾ, ਇਹ ਉਹਦੇ ਕੋਲ ਸਹਿਜ ਹੁੰਦੀ ਹੈਗੀ ਗੁਰਮੁਖ ਕੋਲ। ਚਤੁਰ ਚਲਾਕ ਕੋਲ ਨਹੀਂ ਹੁੰਦੀ, ਚਤੁਰ ਚਲਾਕ ਜਿਹੜਾ ਹੈਗਾ ਉਹ ਆਪਣੀਆਂ ਮਾਰਦਾ ਹੈਗਾ। ਆਹ ਜਿਹੜੇ ਚਤੁਰ ਚਲਾਕ ਬਣਦੇ ਨਾ ਪੈਸੇ ਦੀ ਖਾਤਰ, ਇੱਥੇ ਪ੍ਰਿਥੀ ਚੰਦ ਵਗੈਰਾ ਜਿਹੜੇ ਸੀਗੇ ਚਤੁਰ ਚਲਾਕ ਸੀਗੇ, ਇਹ ਇਹਨਾਂ ਕੋਲ ਨਾਮ ਨਹੀਂ ਹੁੰਦਾ, ਇਹ ਆਪਣੀਆਂ ਤਰੀਫਾਂ ਭਾਲਦੇ ਰਹੇ, ਆਪਣੇ ਪਿੱਛੇ ਮਗਰ ਲਾਉਂਦੇ ਰਹੇ ਆਦਮੀ, ਜਿੱਦਾਂ ਰਾਧਾ ਸਵਾਮੀ ਹੋਇਆ ਅਤੇ ਡੇਰੇ ਵਾਲਾ ਹੋਇਆ, ਚਤੁਰ ਚਲਾਕ ਪਿੱਛੇ ਅੰਨੇ ਲੱਗਦੇ, ਜਿਹੜੇ ਐਸ ਅੰਨੇ ਹੈਗੇ ਮਨ ਦੇ ਅੰਨੇ। ਅਤੇ ਜਿਹੜਾ ਗੁਰਮੁਖ ਹੁੰਦਾ, ਆਹ ਗੁਰਮੁਖ ਹੈਗਾ, ਇਹ ਨਾਲ ਸੁਣਦਾ ਹੈਗਾ ਅਤੇ ਨਾਲ ਸੁਣਾਉਂਦਾ ਵੀ ਹੈਗਾ, ਯਾਨੀ ਖਰਚਦਾ ਹੈਗਾ ਉਹਦੇ ਭੰਡਾਰ, ਅਤੇ ਇਹ ਪਾਉਂਦਾ ਹੈਗਾ ਫਿਰ ਉਹ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ। ਫਿਰ ਮਨ ਜਦੋਂ ਇਹ ਸੁਣਦੇ ਆ, ਫਿਰ ਮਨ ਜਿਹੜਾ ਤ੍ਰਿਪਤ ਹੈਗਾ ਉਹ ਰੱਜ ਜਾਂਦਾ ਹੈਗਾ। ਗੁਰਮੁਖ ਅੰਮ੍ਰਿਤ ਪੀਵਾ, ਆਹ ਜਿਹੜੇ ਗੁਰਮੁਖ ਹੈਗੇ ਨੇ ਇਹ ਅੰਮ੍ਰਿਤ ਪੀਂਦੇ ਨੇ, ਇਹ ਗੁਰ ਬਿਨਾਂ ਨਹੀਂ ਬੋਲਦੇ, ਇਹਨਾਂ ਦਾ ਮੂੰਹ ਜਦੋਂ ਖੋਲਦਾ ਗੁਰ ਨਾਲ ਬੋਲਦੇ, ਆਲਪਤਾਲ ਨਹੀਂ ਬੋਲਦੇ, ਇਹ ਸਹਿਜ ਨਾਲ ਬੋਲਦੇ ਨੇ। ਇਹਨਾਂ ਦਾ ਚੁੱਪਿਆ ਚੁੱਪ ਨਾ ਹੋਈ ਜੇ ਲੈ ਲਵਤਾਰੇ, ਜਿੱਦਾਂ ਘੁਮਿਆਰੀ ਭਾਂਡਾ ਸਲਾਉਂਦੀ, ਏਦਾਂ ਹੁੰਦੇ ਲੋਕੀ ਇਹ, ਅਤੇ ਇਹ ਨਹੀਂ ਹੁੰਦੇ ਏਦਾਂ ਦੇ। ਇਹਨਾਂ ਨੂੰ ਭੁੱਖ ਨਾਮ ਦੀ ਹੈਗੀ, ਉਹ ਨਾਮ ਪਾਉਂਦੇ ਨੇ ਲੋਜੀਕਲ ਰੀਜਨਿੰਗ ਨਾਲ, ਗੁਰ ਨਾਲ। ਗੁਰਮੁਖ ਅੰਮ੍ਰਿਤ ਪੀਵਾ, ਨਦਰ ਕਰੇ ਤਾਂ ਸਤਿਗੁਰੂ ਮਿਲੇ, ਜੇ ਅਕਾਲ ਪੁਰਖ ਨਦਰ ਕਰੇਗਾ, ਗ੍ਰੇਸ ਇਹਨੂੰ ਕਹਿੰਦੇ ਨੇ, ਉਹਦੀ ਗ੍ਰੇਸ ਨਾਲ ਤੁਹਾਨੂੰ ਸਤਿਗੁਰੂ ਅੰਦਰ ਮਿਲਦਾ ਹੈਗਾ। ਅੰਨ ਦਿਨ ਵਿਵੇਕ ਬੁੱਧ ਵਿਚਰੇ, ਫਿਰ ਉਹ ਜਿਹੜੀ ਕਿ ਅੰਦਰ ਜਿਹੜੀ ਹੈਗੀ ਵਿਵੇਕ ਬੁੱਧ, ਡਿਸਰਨਿੰਗ ਇੰਟਲੈਕਟ, ਇਹਨੂੰ ਕਹਿੰਦੇ ਕਾਮਨ ਸੈਂਸ। ਇਹ ਜਿਹੜੀ ਕਾਮਨ ਸੈਂਸ ਹੈਗੀ, ਇਹ ਡਿਸਰਨਿੰਗ ਇੰਟਲੈਕਟ ਹੈਗੀ, ਸੁਰਤੀ। ਤਾਂ ਫਿਰ ਸੁਰਤੀ ਨਾਲ ਉਹ ਫਿਰ ਉਹਦੇ 'ਤੇ ਵਿਚਾਰ ਕਰਦਾ ਹੈਗਾ, ਜਿਹੜਾ ਸੁਣੀ, ਜਿਹੜੀ ਚੀਜ਼ ਸੁਣੀ ਹੈਗੀ, ਸੁਣ ਕੇ ਫਿਰ ਮੂੰਹ 'ਚੋਂ ਕੱਢਦਾ ਹੈਗਾ, ਖੁਸ਼ਬੂ ਆਉਂਦੀ ਉਹਦੇ, ਜਿਹੜੀ ਇੱਧਰ ਖਾਈਦੀ ਤਾਂ ਅੰਦਰ ਬਦਬੂ ਆਉਂਦੀ। ਇਹ ਰੂਹਾਨੀ ਮੂੰਹ ਹੈਗਾ, ਦਿਲ 'ਤੇ ਲੈ ਕੇ ਜਾਂਦੇ ਹਾਂ, ਉੱਥੇ ਉਹਨੂੰ ਡਾਈਜੈਸਟ ਕਰਦੇ ਹਾਂ, ਅਤੇ ਫਿਰ ਬਾਹਰੋਂ ਕੱਢਦੇ ਹਾਂ ਮੂੰਹ ਨਾਲ, ਆਪਣੇ ਮੂੰਹ ਨਾਲ, ਫਿਰ ਖੁਸ਼ਬੂ ਆਉਂਦੀ ਵੀ ਫਲਾਨੇ ਸਤਿਗੁਰੂ ਦੀ ਬਾਣੀ ਹੈਗੀ ਹੈ। ਅੰਦਰ ਸੱਚਾ ਨੇ ਪੂਰੇ ਸਤਿਗੁਰੂ ਹੈ, ਅੰਦਰ ਜਿਹੜਾ ਸੱਚਾ ਨੇ ਹੈਗਾ ਉਹ ਪੂਰੇ ਸਤਿਗੁਰੂ ਨੇ ਕਾਇਮ ਕੀਤਾ ਹੈਗਾ, ਉਹਦੇ ਰਾਹੀਂ ਇਹ ਅੰਦਰ ਨੇ ਪੈਦਾ ਹੋਇਆ, ਅਤੇ ਇਹ ਹੈਗੀ ਇਹਦੀ ਵਿਆਖਿਆ। ਅਤੇ ਬਾਣੀ ਬਹੁਤ ਸੌਖੀ ਹੈਗੀ, ਪਰ ਇਹ ਜਿਹੜੇ ਖੱਤਰੀ ਹੈਗੇ ਨੇ ਇਹ ਪੜ੍ਹੇ ਲਿਖੇ ਸੀਗੇ, ਅਤੇ ਇਹਨਾਂ ਨੇ ਇਹ ਸਾਰਾ ਉਲਟ ਪੀ ਕੀਤਾ ਹੋਇਆ ਕੰਮ। ਇਹ ਹੈਗੇ ਨੇ ਖੱਤਰੀ ਜਿਹੜੇ ਹੈਗੇ ਨੇ, ਆਹ ਹੈਗੇ ਨੇ ਚਤੁਰ ਚਲਾਕ। ਚਤੁਰ ਚਲਾਕੀ 'ਚ ਫਿਰ ਆਪਣੇ ਮਾਰ ਖਾ ਜਾਂਦੇ ਨੇ। ਜਿਹੜੇ ਜੱਟ ਹੈਗੇ ਨੇ ਉਹ ਗੁਰਮੁਖ ਹੈਗੇ ਆਮ ਤੌਰ 'ਤੇ, ਚੂੜੇ ਚਮਾਰ ਅਤੇ ਜੱਟ ਜੁੜਾਹੇ ਇਹ ਇੱਥੇ ਹੁੰਦੇ ਤਕਰੀਬਨ ਆਮ ਤੌਰ 'ਤੇ, ਆਪਣੀਆਂ ਨਹੀਂ ਭਾਲਦੇ ਤਰੀਫਾਂ, ਅਕਾਲ ਪੁਰਖ ਦੀਆਂ ਭਾਲਦੇ ਨੇ।
ਜਿਹੜੇ ਖੱਤਰੀ ਹੈ ਇਹਨਾਂ ਦਾ ਕਲਯੁਗ ਖੱਤਰੀਆਂ ਦਾ ਨਾ, ਜਦੋਂ ਸਿੱਖ ਜਦੋਂ ਸਤਿਗੁਰੂ ਨਾਨਕ ਦੇਵ ਜੀ ਸੀਗੇ 1% ਤੋਂ ਘੱਟ ਖੱਤਰੀ ਸਿੱਖ ਬਣੇ ਸੀਗੇ, ਅਤੇ ਜੱਟ ਜਿਹੜੇ ਸੀ 70%, ਬਾਕੀ ਦੀਆਂ ਜਾਤਾਂ ਸਾਰੀਆਂ ਇਹਨਾਂ ਤੋਂ ਉੱਪਰ ਹੁੰਦੀਆਂ ਸੀ। ਹੁਣ ਇਹ ਪ੍ਰਧਾਨ ਬਣੀ ਬੈਠੇ ਨੇ ਅਰੋੜੇ ਖੱਤਰੀ, ਅਤੇ ਆਹ ਜਿਹੜਾ ਹੈਗਾ ਸਾਹਿਬ ਸਿੰਘ ਹੈਗਾ ਇਹ ਅਰੋੜਾ ਹੈਗਾ ਮੀਠਾ, ਅਤੇ ਇਹ ਹਰ ਨੂੰ ਹਰੀ ਹਰੀ ਕਹੀ ਜਾਂਦਾ ਹੈਗਾ, ਅਤੇ ਸਤ ਗੁਰ ਗੁਰੇ ਨੂੰ ਜਾਂ ਸਤ ਗੁਰੇ ਨੂੰ ਗੁਰੂ ਕਹੀ ਜਾਂਦਾ ਹੈਗਾ। ਗੁਰ ਹੁੰਦਾ ਢੰਗ, ਅਤੇ ਇਹ ਸਤ ਇਹ ਸਤ ਦਾ ਜਿਹੜਾ ਗੁਰ ਜਾ ਰਿਹਾ ਉਹਨੂੰ ਕਹੀਦਾ ਸਤਿਗੁਰੂ, ਜਿਹੜਾ ਸਤ ਦਾ ਗੁਰ ਦੱਸੇ ਉਹਨੂੰ ਕਹੀਦਾ ਸਤਿਗੁਰੂ। ਨਾਨਕ ਦੇਵ ਜੀ ਗੁਰੂ ਨਹੀਂ ਸੀਗੇ, ਬਾਹਮਣ ਗੁਰੂ ਨਹੀਂ ਸੀ, ਇਹ ਸਤ ਦਾ ਗੁਰ ਦੱਸਦੇ ਸੀ। ਇਹਨਾਂ ਨੂੰ ਹੈਗਾ ਸਤਿਗੁਰ ਨਾਨਕ, ਸਤਿਗੁਰ ਦਾ ਉਹ ਮੰਨ ਨੂੰ ਜਾਂਦਾ ਗੁਰ ਸੱਚ ਜਿਹੜਾ ਹੈਗਾ ਸਤਿਗੁਰੂ ਦਾ, ਅਤੇ ਤਨ ਨੂੰ ਜਾਂਦਾ ਬਾਹਮਣ ਗੁਰੂ। ਇਹਦੀ ਹੈਗੀ ਸਕ੍ਰਿਪਚਰ, ਉਹਨੂੰ ਕਹੀਦਾ ਦੁੱਧ, ਉਹ ਤੁਸੀਂ ਗਲਪ ਕਰਦੇ ਆ ਬਗੈਰ ਸੋਚੇ ਸਮਝੇ ਦੇ, ਜਿੱਦਾਂ ਬਾਹਮਣ ਕਹਿੰਦਾ ਉੱਦਾਂ ਹੀ ਗਲਪ ਕਰੀ ਜਾਂਦੇ ਹਾਂ। ਇਸ ਲਈ ਬਾਹਮਣ ਦੇ ਅੰਨੇ ਉਹਨੂੰ ਕਹੀਦੇ, ਜੇ ਬਾਹਮਣ ਆਪ ਅੰਨਾ ਹੋਵੇ ਤਾਂ ਦੂਜਿਆਂ ਨੂੰ ਵੀ ਅੰਨੇ ਕਰਦਾ ਨਾਲ। ਅਤੇ ਇਹਦੇ 'ਚ ਜਿਹੜਾ ਸਿੱਖੀ 'ਚ ਹੈਗਾ ਤੁਸੀਂ ਆਪ ਸਿੱਖਣਾ ਹੈਗਾ, ਗਿਆਨੀ ਉਹ ਜੋ ਆਪ ਵਿਚਾਰੇ, ਜਿੰਨਾ ਚਿਰ ਗਿਆਨੀ ਨਹੀਂ ਬਣਦੇ ਉਹਨਾਂ ਚਿਰ ਤੁਹਾਡੇ ਨਾਮ ਨਹੀਂ ਪੱਲੇ ਪੈਂਦਾ, ਨਾ ਤੁਹਾਡੇ ਮਨ ਨੂੰ ਤ੍ਰਿਪਤ ਹੁੰਦੀ ਹੈਗੀ, ਨਾ ਮਨ ਨੂੰ ਤਸੱਲੀ, ਭਟਕਦਾ ਫਿਰਦਾ ਮਨ। ਇਹ ਜਿਹੜੇ ਰਾਧਾ ਸਵਾਮੀ ਦੇ ਮਗਨ ਲੱਗੇ ਨੇ ਹੈਗੇ ਤਾਂ ਚੰਗੇ ਆਦਮੀ, ਲੇਕਿਨ ਉਹ ਆਪ ਜਦ ਕੇ ਉਹਦੇ ਕੋਲ ਕੁਛ ਨਹੀਂ ਹੈਗਾ, ਅੰਨਾ ਹੈਗਾ ਮਨ ਦਾ, ਅਤੇ ਦੂਜਿਆਂ ਨੂੰ ਕੀ ਦੱਸੂਗਾ। ਇਸ ਕਰਕੇ ਬਚ ਜਾਓ ਅਤੇ ਆਪਣਾ ਤੁਸੀਂ ਆਉਣ ਵਾਲੇ ਸਮੇਂ 'ਚ ਬਹੁਤ ਮਾਰ ਕੁਟਾਈ ਹੋਣੀ ਹੈਗੀ। ਆ ਸਿੱਖ ਅਤੇ ਜਿੱਦਾਂ ਹੋਇਆ ਸੀ ਉਹ ਹਿੰਦੂ ਸਿੱਖ ਦਾ ਫਸਾਦ ਹੋਇਆ ਸੀ 1984 'ਚ, ਇੱਦਾਂ ਦੇ ਕਈ ਹੋਣੇ ਨੇ ਹੁਣ ਬਹੁਤ ਜ਼ਬਰਦਸਤ। ਅਤੇ ਜੇ ਤੁਹਾਡੇ ਕੋਲ ਨਾਮ ਹੈਗਾ ਜਿੱਥੇ ਜਾਏ ਵੇ ਮੇਰਾ ਸਤਿਗੁਰੂ, ਉਹ ਥਾਂ ਸੁਹਾਵਾ ਰਾਮ ਰਾਜੇ, ਉੱਥੇ ਤੁਹਾਨੂੰ ਕੋਈ ਨਹੀਂ ਛੇੜ ਸਕਦਾ। ਇਹ ਪ੍ਰੈਕਟੀਕਲ ਐਗਜ਼ਾਮਪਲ ਹੈਗੀ। 1947 'ਚ ਮੇਰੇ ਫਾਦਰ ਉਹਨਾਂ ਨੂੰ ਪਤਾ ਸੀ ਇਹ ਨਾਮ ਦਾ, ਕਹਿੰਦੇ ਲੋਕਾਂ ਨੂੰ ਦੱਸਦੇ ਸੀ, ਮਿੰਟਗੁਰੀ ਸੀ ਸਾਹਿਬਵਾਲ ਜਿਹੜਾ ਹੈਗਾ, ਮਿੰਟਗੁਰੀ ਸੀਗੇ, ਪਹਿਲਾਂ ਇੰਸਪੈਕਟਰ ਸਕੂਲਾਂ ਦੇ ਸੀ, ਫਿਰ ਉਹਨਾਂ ਨੂੰ ਡਿਮੋਟ ਕਰ ਦਿੱਤਾ ਕਿ ਉਹ ਰਿਸ਼ਵਤ ਨਹੀਂ ਸੀ ਲੈਂਦੇ, ਨਾ ਦਿੰਦੇ ਸੀ, ਅਤੇ ਉਹਨਾਂ ਨੂੰ ਇਲਮ ਹੋ ਗਿਆ ਇਸ ਚੀਜ਼ ਦਾ ਆਪਣੇ ਬਾਣੀ ਦਾ, ਅਤੇ ਉਹ ਲੋਕਾਂ ਦੱਸਦੇ ਸਿੱਖ ਕੌਮ ਨਾ ਬਣਾਓ, ਕੌਮਾਂ ਦੇ ਘਰ ਹੁੰਦੇ ਨੇ, ਜੇ ਸਿੱਖ ਕੌਮ ਬਣਾਈ ਤਾਂ ਤੁਹਾਨੂੰ ਜਿਹੜਾ ਜੱਟ ਪਿਓ ਜਿਹਦੇ ਘਰ ਰਹਿੰਦੇ ਆ ਉਹਨੇ ਜੁੱਤੀ ਮਾਰ ਕੇ ਅਤੇ ਕੱਢ ਦੇਣਾ ਵਿੱਚੋਂ, ਅਤੇ ਤੁਸੀਂ ਫਿਰ ਜਾਣਾ ਗੁਰਦੁਆਰਿਆਂ ਨੂੰ। ਗੁਰਦੁਆਰੇ ਗਏ ਉੱਥੇ ਨਾਨਕ ਨੇ ਕਹਿਣਾ ਤੂੰ ਆਪਣੇ ਕੱਚੇ ਪਿਓ ਦਾ ਤਾਂ ਬਣਿਆ ਨਹੀਂ, ਮੇਰੇ ਕੋਲ ਕੀ ਕਰਨ ਆਇਆ, ਪਹਿਲਾਂ ਬ੍ਰਹਮ ਕਾ ਬੇਟਾ ਬਣ ਫਿਰ ਆ ਮੇਰੇ ਕੋਲ, ਉਹਨੇ ਵੀ ਨਹੀਂ ਤੁਹਾਨੂੰ ਕੋਲ ਆਉਣ ਦੇਣਾ। ਫਿਰ ਆਏ ਨਾ ਰਿਫਿਊਜੀ ਬਣ ਕੇ, ਮਾਰ ਕੁਟਾਈ ਹੋਈ ਨਾ ਚੰਗੀ, ਬੀ ਉਹ ਬੀਜ ਪੱਤ ਲੈ ਗਏ, ਬੀ ਆਪਣਾ ਭੁੱਲ ਗਿਆ ਸੀ ਸਿੱਖ ਕੌਮ ਕਹਿਣ ਨਾਲ, ਅਤੇ ਸ਼ੰਕਰ ਵਰਨੀਏ ਬਣ ਗਿਆ ਸੀ। ਅਤੇ ਇਹ ਹਾਲ ਹੁੰਦਾ ਸ਼ੰਕਰ ਵਰਨੀਆ ਦਾ, ਜਿਹੜਾ ਮਿਡਲ ਈਸਟ 'ਚ ਹੋ ਰਿਹਾ ਇਹ ਸ਼ੰਕਰ ਵਰਨੀਏ ਦਾ ਕੰਮ ਹੋ ਰਿਹਾ ਹੈਗਾ। ਕ੍ਰਿਸਚੀਅਨ ਮੁਸਲਿਮ ਇੱਕ ਦੂਜੇ ਨੂੰ, ਇੱਕੋ ਟ੍ਰਾਈਬ ਦੇ ਲੋਕ ਹੈਗੇ ਨੇ, ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਜਿੱਦਾਂ ਅਸੀਂ ਜੱਟਾਂ ਨੇ ਜੱਟ ਬਾਰੇ ਸੀ 1947 'ਚ, ਕਿਉਂ ਉਹ ਮੁਹੰਮਦਨ ਸੀ ਅਤੇ ਅਸੀਂ ਬਾਲ ਰੱਖੇ ਅਤੇ ਸਿੱਖੜੇ ਸੀ, ਅਤੇ ਇਸ ਤਰ੍ਹਾਂ ਬਜੋ।